ਅਸਲਾਮ ਵਾਲੇਕੁਮ ਗਾਈਸ, ਅੱਜ ਵਾਲੀ ਵੀਡੀਓ ਸਾਡੀ ਹੈ ਫੇਸ ਵਾਈਟਨਿੰਗ ਅਤੇ ਅੱਜ ਵਾਲੀ ਵੀਡੀਓ 'ਚ ਅਸੀਂ ਲੈ ਕੇ ਆਏ 4 ਕਿਸਮ ਦੇ ਫੇਸ ਵਾਸ਼। ਇਸ ਵੀਡੀਓ 'ਚ ਅਸੀਂ ਤੁਹਾਨੂੰ ਮੁਕੰਮਲ ਡਿਟੇਲ ਨਾਲ ਇਸ ਫੇਸ ਵਾਸ਼ ਦਾ ਰਿਵਿਊ ਦੇਵਾਂਗੇ, ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਇਸਤੇਮਾਲ ਕਰਕੇ ਆਪਣੇ ਸਿਆਹ ਤੋਂ ਸਿਆਹ ਰੰਗ ਨੂੰ ਗੋਰਾ ਚਿੱਟਾ ਕਰ ਸਕਦੇ ਹੋ, ਆਪਣੇ ਫੇਸ ਦੀ ਜਿਲਦ ਨੂੰ ਨਰਮੋ ਨਾਜ਼ਕ ਸਮੂਥ ਕਰ ਸਕਦੇ ਹੋ, ਆਪਣੇ ਫੇਸ ਨੂੰ ਆਇਲ ਫਰੀ ਕਰ ਸਕਦੇ ਹੋ, ਆਪਣੇ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰ ਸਕਦੇ ਹੋ, ਆਪਣੇ ਸਿਆਹ ਤੋਂ ਸਿਆਹ ਰੰਗ ਨੂੰ ਗੋਰਾ ਚਿੱਟਾ ਕਰ ਸਕਦੇ ਹੋ। ਤੁਸੀਂ ਕਿਸ ਤਰ੍ਹਾਂ ਇਸ ਫੇਸ ਵਾਸ਼ ਨੂੰ ਯੂਜ਼ ਕਰਨਾ ਅਤੇ ਕਿਹੜਾ ਫੇਸ ਵਾਸ਼ ਕਿਸ ਇਨਸਾਨ ਵਾਸਤੇ ਬਿਹਤਰ ਆ, ਵੀਡੀਓ 'ਚ ਅੱਗੇ ਤੁਹਾਨੂੰ ਮੁਕੰਮਲ ਡਿਟੇਲ ਨਾਲ ਦੱਸਾਂਗੇ। ਕੁਛ ਫੇਸ ਵਾਸ਼ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਫੇਸ ਵਾਈਟਨਿੰਗ ਵਾਸਤੇ ਹੁੰਦੇ, ਕੁਛ ਐਕਨੀ ਪਿੰਪਲ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ, ਕੁਛ ਫੇਸ ਵਾਸ਼ ਆਇਲ ਫਰੀ ਫੇਸ ਨੂੰ ਆਇਲ ਕੰਟਰੋਲ ਕਰਨ ਵਾਸਤੇ ਹੁੰਦੇ। ਮੁਖਤਲਿਫ ਕਿਸਮ ਦੇ ਫੇਸ ਵਾਸ਼ ਆ, ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ। ਜਿਹੜੇ ਲੋਕ ਐਕਨੀ ਪਿੰਪਲ ਦੀ ਵਜ੍ਹਾ ਤੋਂ ਪਰੇਸ਼ਾਨ ਆ, ਉਹਨਾਂ ਵਾਸਤੇ ਫੇਸ ਵਾਸ਼ ਦੇ ਅਲੱਦਾ ਫਲੇਵਰ ਹੁੰਦੇ। ਜਿਹੜੇ ਲੋਕ ਆਪਣੇ ਸਿਆਹ ਤੋਂ ਸਿਆਹ ਰੰਗ ਨੂੰ ਗੋਰਾ ਚਿੱਟਾ ਕਰਨਾ ਚਾਹੁੰਦੇ, ਉਹਨਾਂ ਵਾਸਤੇ ਵਾਈਟਨਿੰਗ ਦੇ ਫੇਸ ਵਾਸ਼ ਹੁੰਦੇ। ਜਿਹੜੇ ਲੋਕ ਆਪਣੇ ਫੇਸ ਨੂੰ ਆਇਲ ਫਰੀ ਕਰਨਾ ਚਾਹੁੰਦੇ, ਉਹਨਾਂ ਵਾਸਤੇ ਆਇਲ ਫਰੀ ਫੇਸ ਵਾਸ਼ ਹੁੰਦੇ। ਵੀਡੀਓ 'ਚ ਅੱਗੇ ਤੁਹਾਨੂੰ ਮੁਕੰਮਲ ਡਿਟੇਲ ਨਾਲ ਰਿਵਿਊ ਦੇਵਾਂਗੇ ਕਿ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਫੇਸ ਦੇ ਤਮਾਮ ਮਸਾਇਲ ਨੂੰ ਹੱਲ ਕਰ ਸਕਦੇ ਹੋ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਸਿਸਟਰ ਭਾਈ ਮੇਰੇ ਚੈਨਲ 'ਤੇ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦੇ ਨਿਸ਼ਾਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣ। ਗਾਈਜ਼, ਅੱਜ ਵਾਲੀ ਵੀਡੀਓ ਸਾਡੇ ਕੋਲ ਆ 4 ਕਿਸਮ ਦੇ ਫੇਸ ਵਾਸ਼। ਸਭ ਤੋਂ ਪਹਿਲੇ ਸਾਡੇ ਕੋਲ ਆ ਅਰੀਨਾ ਗੋਲਡ ਫੇਸ ਵਾਸ਼, ਇਹ 5-in-1 ਆ। ਇਹ ਤੁਹਾਡੇ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਆਇਲ ਨੂੰ ਕੰਟਰੋਲ ਕਰਨ ਵਾਸਤੇ, ਫੇਸ ਦੇ ਸਿਆਹ ਰੰਗ ਨੂੰ ਗੋਰਾ ਚਿੱਟਾ ਕਰਨ ਵਾਸਤੇ, ਫੇਸ 'ਤੇ ਮੌਜੂਦ ਵਾਈਟ ਹੈਡ ਬਲੈਕ ਹੈਡ ਨੂੰ ਰਿਮੂਵ ਕਰਨ ਵਾਸਤੇ ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ ਅਰੀਨਾ ਗੋਲਡ ਸਕਿਨ ਐਕਸਪਰਟ ਫੇਸ ਵਾਸ਼। ਇਸ ਫੇਸ ਵਾਸ਼ ਨੂੰ ਤੁਸੀਂ ਆਪਣੇ ਫੇਸ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ, ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ, ਫੇਸ 'ਤੇ ਮੌਜੂਦ ਵਾਈਟ ਹੈਡ ਬਲੈਕ ਹੈਡ ਨੂੰ ਰਿਮੂਵ ਕਰਨ ਵਾਸਤੇ ਇਸਤੇਮਾਲ ਕਰ ਸਕਦੇ ਹੋ। ਇਹ ਫਾਰ ਜੈਂਟਸ ਆ, ਮੈਨ ਵਾਸਤੇ, ਲੇਕਿਨ ਲੇਡੀਜ਼ ਜੈਂਟਸ ਦੋਨਾਂ ਵਾਸਤੇ ਬਿਹਤਰੀਨ ਚੀਜ਼ ਆ। ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ ਫੇਸ ਵਾਸ਼ ਅਰੀਨਾ ਗੋਲਡ ਦਾ। ਦੂਸਰੇ ਨੰਬਰ 'ਤੇ ਸਾਡੇ ਕੋਲ ਹੈ ਨਾਵਿਆ ਫੇਸ ਵਾਸ਼। ਇਹ ਫੇਸ ਵਾਸ਼ ਹੈ ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ। ਇਹ ਵੀ ਸਪੈਸ਼ਲ ਫਾਰ ਮੈਨ ਆ, ਲੇਕਿਨ ਤੁਸੀਂ ਇਸ ਫੇਸ ਵਾਸ਼ ਨੂੰ ਲੇਡੀਜ਼ ਵਾਸਤੇ ਵੀ ਯੂਜ਼ ਕਰ ਸਕਦੇ ਹੋ। ਇਹ ਸਕਿਨ ਸਪੈਸ਼ਲਿਸਟ ਦਾ ਤਿਆਰ ਕਰਦਾ ਫੇਸ ਵਾਸ਼ ਆ, ਫੇਸ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ ਬੜਾ ਮੁਫੀਦ ਫੇਸ ਵਾਸ਼ ਆ। ਦੂਸਰੇ ਨੰਬਰ 'ਤੇ ਸਕਿਨ ਰਿਪੇਅਰ ਕਰਨ ਵਾਸਤੇ, ਜਿਸ ਤਰ੍ਹਾਂ ਕਿ ਤੁਹਾਡੇ ਫੇਸ 'ਤੇ ਐਕਨੀ ਪਿੰਪਲ ਆ, ਓਪਨ ਪੋਰਸ ਆ, ਜਾਂ ਐਕਨੀ ਪਿੰਪਲ ਹੋਣ ਦੀ ਵਜ੍ਹਾ ਤੋਂ ਤੁਹਾਡੀ ਸਕਿਨ ਬਹੁਤ ਜ਼ਿਆਦਾ ਰਫ ਹੋ ਚੁੱਕੀ, ਉਹਨਾਂ ਸਿਸਟਰਾਂ ਭਾਈਆਂ ਵਾਸਤੇ ਨਾਵਿਆ ਦਾ ਫੇਸ ਵਾਸ਼ ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਤੁਸੀਂ ਇਸ ਦੇ ਇਸਤੇਮਾਲ ਨਾਲ ਆਪਣੀ ਸਕਿਨ ਨੂੰ ਰਿਪੇਅਰ ਵੀ ਕਰ ਸਕਦੇ ਹੋ, ਆਪਣੀ ਸਕਿਨ ਨੂੰ ਨਰਮੋ ਨਾਜ਼ਕ ਸਮੂਥ ਕਰ ਸਕਦੇ ਹੋ, ਵਾਈਟਨਿੰਗ ਬ੍ਰਾਈਟਨਿੰਗ 'ਚ ਬੇਪਨਾਹ ਇਜ਼ਾਫਾ ਕਰ ਸਕਦੇ ਹੋ, ਐਕਨੀ ਪਿੰਪਲ ਨੂੰ ਕੰਟਰੋਲ ਕਰ ਸਕਦੇ ਹੋ। ਤੀਸਰੇ ਨੰਬਰ 'ਤੇ ਸਾਡੇ ਕੋਲ ਹੈ ਅਜੂਬਾ ਗੋਲਡ ਐਂਡ ਗਲੋ ਫੇਸ ਵਾਸ਼। ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ ਅਜੂਬਾ ਗੋਲਡ ਐਂਡ ਗਲੋ ਫੇਸ ਵਾਸ਼। ਇਹ ਫੇਸ ਵਾਸ਼ ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਇਹ ਸਪੈਸ਼ਲ ਸਕਿਨ ਵਾਈਟਨਿੰਗ ਵਾਸਤੇ ਆ, ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾਂ ਮੁਫੀਦ ਆ, ਫਾਰ ਆਲ ਸਕਿਨ ਟਾਈਪ। ਲੇਡੀਜ਼ ਜੈਂਟਸ ਕੋਈ ਵੀ ਯੂਜ਼ ਕਰ ਸਕਦੇ ਇਹ ਫੇਸ ਵਾਸ਼ ਸਪੈਸ਼ਲ ਸਕਿਨ ਵਾਈਟਨਿੰਗ ਵਾਸਤੇ, ਸਿਆਹ ਤੋਂ ਸਿਆਹ ਰੰਗ ਨੂੰ ਗੋਰਾ ਚਿੱਟਾ ਕਰਨ ਵਾਸਤੇ। ਲਾਸਟ 'ਤੇ ਹੈ ਸਾਡੇ ਕੋਲ ਗੋਲਡਨ ਪਰਲ ਫੇਸ ਵਾਸ਼। ਇਸ ਫੇਸ ਵਾਸ਼ ਨੂੰ ਵੀ ਤੁਸੀਂ ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ 'ਚ ਇਜ਼ਾਫਾ ਕਰਨ ਵਾਸਤੇ, ਚਿਹਰੇ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ ਇਸਤੇਮਾਲ ਕਰ ਸਕਦੇ ਹੋ। ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਇਹ ਫੇਸ ਵਾਸ਼ ਨੂੰ ਤੁਸੀਂ ਪ੍ਰੋਪਰ ਆਪਣੇ ਚਿਹਰੇ 'ਤੇ ਅਪਲਾਈ ਕਰੋਗੇ ਅਤੇ ਤੁਹਾਡੇ ਫੇਸ 'ਤੇ ਜਿਤਨਾ ਵੀ ਆਇਲ ਆਉਂਦਾ, ਇਹ ਆਇਲ ਕੰਟਰੋਲ ਫੇਸ ਵਾਸ਼ ਆ, ਤੁਹਾਡੇ ਫੇਸ ਨੂੰ ਆਇਲ ਫਰੀ ਕਰ ਦੇਗਾ। ਚਿਹਰੇ 'ਤੇ ਮੌਜੂਦ ਐਕਨੀ ਪਿੰਪਲ ਬਣਨ ਦੀ ਵਜ੍ਹਾ ਹੀ ਫੇਸ 'ਤੇ ਆਇਲ ਹੁੰਦਾ, ਜਿਸ ਜਿਹੜਾ
ਸਕਿਨ ਜ਼ਿਆਦਾ ਆਇਲੀ, ਉਸ 'ਤੇ ਐਕਨੀ ਪਿੰਪਲ ਵੀ ਜ਼ਿਆਦਾ ਹੁੰਦੇ, ਓਪਨ ਪੋਰਸ, ਵਾਈਟ ਹੈਡ, ਬਲੈਕ ਹੈਡ, ਡਾਰਕ ਸਰਕਲ ਵੀ ਉਸੇ ਸਕਿਨ 'ਤੇ ਜ਼ਿਆਦਾਤਰ ਬਣਦੇ ਜਿਹੜੀ ਸਕਿਨ ਆਇਲੀ ਆ। ਜਿਹੜੇ ਸਿਸਟਰ ਭਾਈਆਂ ਦੀ ਸਕਿਨ ਆਇਲੀ ਉਹਨਾਂ ਵਾਸਤੇ ਆਇਲ ਕੰਟਰੋਲ ਗੋਲਡਨ ਪਰਲ ਫੇਸ ਵਾਸ਼ ਬੜਾ ਹੀ ਆਊਟ ਕਲਾਸ ਫੇਸ ਵਾਸ਼ ਆ। ਗਾਈਜ਼, ਅੱਜ ਵਾਲੀ ਵੀਡੀਓ 'ਚ ਅਸੀਂ ਲੈ ਕੇ ਹਾਂ ਚਾਰ ਕਿਸਮ ਦੇ ਫੇਸ ਵਾਸ਼, ਚਾਰਾਂ ਉਹੀ ਬੜੇ ਆਊਟ ਕਲਾਸ ਫੇਸ ਵਾਸ਼ ਆ। ਅਗਰ ਤੁਸੀਂ ਆਪਣੀ ਸਕਿਨ ਵਾਈਟਨਿੰਗ ਵਾਸਤੇ ਜਾਂ ਸਕਿਨ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨ ਵਾਸਤੇ ਕੋਈ ਵੀ ਫੇਸ ਵਾਸ਼ ਯੂਜ਼ ਕਰਨਾ ਚਾਹੁੰਦੇ, ਇਹਨਾਂ ਚਾਰਾਂ ਵਿੱਚੋਂ ਜਿਸ ਵੀ ਸਲੂਸ਼ਨ ਵਾਸਤੇ ਤੁਹਾਨੂੰ ਚਾਹੀਦਾ, ਤੁਸੀਂ ਫੇਸ ਵਾਸ਼ ਨੂੰ ਬਾਏ ਕਰ ਲੈਣਾ। ਇਨਸ਼ਾਅੱਲਾ ਬੜੇ ਹੀ ਜ਼ਬਰਦਸਤ ਕਿਸਮ ਦੇ ਫੇਸ ਵਾਸ਼ ਆ, ਤੁਹਾਡੇ ਸਕਿਨ ਦੇ ਤਮਾਮ ਮਸਾਇਲ ਨੂੰ ਹੱਲ ਕਰ ਦੇਣਗੇ, ਵਾਈਟਨਿੰਗ ਬਰਾਈਟਨਿੰਗ 'ਚ ਬੇਪਨਾ ਇਜ਼ਾਫਾ ਕਰ ਦੇਣਗੇ। ਤੁਸੀਂ ਇਸ ਫੇਸ ਵਾਸ਼ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ, ਇੱਕ ਦਿਨ 'ਚ ਕਮ ਜ਼ਾ ਕਮ ਤੁਸੀਂ 3 ਦਫ਼ਾ ਯੂਜ਼ ਕਰਨਾ, ਯੂਜ਼ ਕਰਨ ਦਾ ਤਰੀਕਾਕਾਰ ਇਹ, ਆਪਣੇ ਫੇਸ ਨੂੰ ਸਾਦਾ ਤਾਜ਼ਾ ਪਾਣੀ ਨਾਲ ਵਾਸ਼ ਕਰੋ, ਫੇਸ ਵਾਸ਼ ਨੂੰ ਲਗਾ ਕੇ ਕਮ ਜ਼ਾ ਕਮ 3 ਮਿੰਟ, ਜ਼ਿਆਦਾ ਜ਼ਿਆਦਾ 5 ਮਿੰਟ ਤੱਕ ਅੱਛੀ ਤਰ੍ਹਾਂ ਮਸਾਜ ਕਰੋ, ਤਾਂ ਕਿ ਤੁਹਾਡੇ ਜਿਸਮ ਦੇ ਜਿਤਨੇ ਵੀ ਡੈਡ ਸੈੱਲ ਜਾਂ ਆਇਲ, ਗੰਦਗੀ, ਡਸਟ ਅੱਛੀ ਤਰ੍ਹਾਂ ਰਿਮੂਵ ਹੋ ਜਾਵੇ। ਇਸੇ ਤਰੀਕੇ ਨਾਲ 3 ਟਾਈਮ ਤੁਸੀਂ ਯੂਜ਼ ਕਰੋ, ਇਨਸ਼ਾਅੱਲਾ 15 ਦਿਨਾਂ ਦੇ ਵਿੱਚ ਬੜਾ ਹੈਵੀ ਕਿਸਮ ਦਾ ਰਿਜ਼ਲਟ ਆਏਗਾ। ਗਾਈਜ਼, 4 ਕਿਸਮ ਦੇ ਫੇਸ ਵਾਸ਼ ਆ, ਇਹਨਾਂ ਚਾਰਾਂ ਦੀ ਪ੍ਰਾਈਜ਼ ਸੇਮ ਆ, ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 350 ਰੁਪਏ ਦਾ ਆਸਾਨੀ ਨਾਲ ਤੁਹਾਨੂੰ ਮਿਲ ਜਾਏਗਾ। ਤੁਹਾਡੀ ਸਕਿਨ ਨਾਲ ਜਿਹੜਾ ਵੀ ਮਸਲਾ, ਅਗਰ ਤੁਸੀਂ ਸਕਿਨ ਨੂੰ ਵਾਈਟ ਕਰਨਾ ਚਾਹੁੰਦੇ ਹੋ ਤਾਂ ਵਾਈਟਨਿੰਗ ਵਾਲਾ ਖਰੀਦ ਲਓ, ਅਗਰ ਤੁਸੀਂ ਸਕਿਨ 'ਤੇ ਆਇਲ ਆ, ਆਇਲ ਫਰੀ ਕਰਨਾ ਚਾਹੁੰਦੇ ਹੋ ਫੇਸ ਨੂੰ, ਗੋਲਡਨ ਪਰਲ ਖਰੀਦ ਲਓ, ਆਇਲ ਫਰੀ ਫੇਸ ਵਾਸ਼ ਆ। ਅਗਰ ਤੁਸੀਂ ਆਪਣੇ ਫੇਸ ਦੀ ਸਕਿਨ ਨੂੰ ਰਿਪੇਅਰ ਕਰਨਾ ਚਾਹੁੰਦੇ ਹੋ, ਤੁਸੀਂ ਨਾਵਿਆ ਦਾ ਖਰੀਦ ਲਓ। ਅਗਰ ਤੁਸੀਂ ਫੇਸ 'ਤੇ ਮੌਜੂਦ ਐਕਨੀ ਪਿੰਪਲ ਨੂੰ ਰਿਮੂਵ ਕਰਨਾ ਚਾਹੁੰਦੇ ਹੋ, ਤੁਸੀਂ ਅਰੀਨਾ ਗੋਲਡ ਦਾ ਖਰੀਦ ਲਓ। ਚਾਰੋਂ ਹੀ ਬੜੇ ਆਊਟ ਕਲਾਸ ਫੇਸ ਵਾਸ਼ ਆ, ਲੇਡੀਜ਼ ਜੈਂਟਸ ਦੋਨਾਂ ਵਾਸਤੇ ਯਕਸਾ ਮਫੀਦ ਆ, ਸੇਮ ਪ੍ਰਾਈਜ਼ ਆ, ਲੋ ਪ੍ਰਾਈਜ਼ ਆ, ਬੜਾ ਹੀ ਆਊਟ ਕਲਾਸ ਕਿਸਮ ਦਾ ਰਿਜ਼ਲਟ ਆ। ਅਗਰ ਕੋਈ ਸਿਸਟਰ ਭਾਈ ਵਾਈਟਨਿੰਗ ਦਾ ਫਾਰਮੂਲਾ ਜਾਂ ਵਾਈਟਨਿੰਗ ਦੀ ਕਰੀਮ ਯੂਜ਼ ਕਰ ਰਿਹਾ, ਉਹਨਾਂ ਨਾਲ ਵੀ ਇਹ ਫੇਸ ਵਾਸ਼ ਬਹੁਤ ਹੀ ਬੈਸਟ ਚੀਜ਼ ਆ। ਤੁਸੀਂ ਕਮ ਜ਼ਾ ਕਮ 1 ਦਿਨ ਵਿੱਚ 3 ਦਫ਼ਾ ਯੂਜ਼ ਕਰਨਾ। ਯੂਜ਼ ਦਾ ਤਰੀਕਾਕਾਰ ਇਹ ਆ ਕਿ ਫੇਸ ਨੂੰ ਸਾਦਾ ਤਾਜ਼ਾ ਪਾਣੀ ਨਾਲ ਵਾਸ਼ ਕਰੋ, ਵਾਸ਼ ਕਰਕੇ ਕਮ ਜ਼ਾ ਕਮ 3 ਮਿੰਟ, ਜ਼ਿਆਦਾ ਜ਼ਿਆਦਾ 5 ਮਿੰਟ ਤੱਕ ਫੇਸ ਵਾਸ਼ ਲਗਾ ਕੇ ਅੱਛੀ ਤਰ੍ਹਾਂ ਮਸਾਜ ਕਰੋ, ਤਾਂ ਕਿ ਜਿਸਮ ਦੇ ਜਿਤਨੇ ਵੀ ਡੈੱਡ ਸੈੱਲ, ਗੰਦਗੀ, ਆਇਲ, ਡਸਟ ਅੱਛੀ ਤਰ੍ਹਾਂ ਰਿਮੂਵ ਹੋ ਜਾਵੇ।